वॉचिंग NC7 न्यूज हर खबर ते नजर। सब्सक्राइब करो NC7 न्यूज नु ते लेटेस्ट अपडेट पाउन लई प्रेस करो बेल आइकन। ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਇੱਕ ਵਾਰ ਫਿਰ ਤੋਂ ਵਿਵਾਦਾਂ 'ਚ ਘਿਰੇ ਹੋਏ ਵਿਖਾਈ ਦੇ ਰਹੇ ਨੇ। ਰਾਜਾ ਵੜਿੰਗ ਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਇੱਕ ਸ਼ਖਸ ਤੇ 307 ਦਾ ਪਰਚਾ ਦੇਣ ਦੀ ਗੱਲ ਆਖ ਰਹੇ ਨੇ। ਇਸ ਆਡੀਓ ਦੇ ਦੌਰਾਨ ਗੱਲਬਾਤ ਕਰ ਰਿਹਾ ਵਿਅਕਤੀ ਪਰਚਾ ਦਰਜ ਹੋਣ ਵਾਲੇ ਸ਼ਖਸ ਦੇ ਵੱਲੋਂ ਮਾਫ਼ੀ ਮੰਗਦਾ ਹੋਇਆ ਸੁਣਾਈ ਦੇ ਰਿਹਾ ਹੈ। ਤੁਸੀਂ ਵੀ ਸੁਣੋ ਵਾਇਰਲ ਵੀਡੀਓ। ਹੈਲੋ ਸਰ ਜੀ। ਹਾਂ ਵੀ ਪ੍ਰੇਮ ਜੀ, ਸਰ ਸਤਿ ਸ੍ਰੀ ਅਕਾਲ ਸਰ। ਸਵੇਰੇ ਆ ਕੇ ਜੀ ਸਰ, ਮੈਂ ਨਾ ਤੁਹਾਡੇ ਪੈਰੀ ਫੜਵਾ ਦੇਣਗੇ ਜੀ, ਤੁਹਾਡੇ ਗਲਤੀ ਮੰਗਾ ਦੇਣਗੇ। ਗੱਲ ਸੁਣੋ ਯਾਰ ਮੇਰੀ, ਸਾਡੀ ਸਰਕਾਰ ਚ ਜੇ ਸਾਡੇ ਕੋਈ ਗੱਲ ਪਊਗਾ ਅਸੀਂ ਆਪਦੀ ਇੱਜ਼ਤ ਹੀ ਨੀ ਬਚਾ ਸਕਦੇ, ਅਸੀਂ ਲੋਕਾਂ ਨੂੰ ਕਿਵੇਂ ਬਚਾਵਾਂਗੇ। ਹਾਂ ਨਹੀਂ ਸਰ, ਸਾਨੂੰ ਨਾ ਸਾਰੇ ਮੱਲੇ ਨੇ ਨਾ ਇੰਨੇ ਥੁੱਕੇ ਜੀ ਉਹਨੂੰ, ਤੇ ਰੋਣ ਲੱਗੇ ਜੀ, ਉਹਦੇ ਬੱਚੇ ਵੀ ਰੋਣ ਲੱਗੇ ਸਰ ਉਹਦੇ। ਬਹੁਤ ਮੂਰਖ ਹੈ ਜੀ, ਬਹੁਤ ਮੂਰਖ ਹੈ ਸਰ। ਜੋ ਵੀ ਕੁਛ ਮੈਨੂੰ ਸਜ਼ਾ ਦੇਣੀ ਮੈਨੂੰ ਦੇ ਦਿਓ ਸਰ ਤੁਸੀਂ। ਜੂਲੀ ਰੋ ਪਿਆ ਜੀ ਸਰ, ਬੇਨਤੀ ਹੈ ਸਰ, ਕਹਿ ਦੋ ਐਸ ਐਚ ਓ ਸਾਹਿਬ ਨੂੰ। ਜੂਲੀ ਬੋਲ ਰਿਹਾ ਜੀ ਮੈਂ, ਸਵੇਰੇ ਉਹ ਮੈਨੂੰ ਕਹੀ ਜਾਂਦਾ ਸੀ, ਮੇਰੀ ਮਿਹਨਤ ਕਰੀ ਜਾਂਦੇ, ਮੈਨੂੰ ਲੈ ਕੇ ਆਈ ਸਵੇਰੇ ਜੀ। ਮੈਂ ਤੁਹਾਡੀ ਕਸਮ ਜੀ ਮੈਂ ਲੈ ਕੇ ਆਊਂਗਾ, ਮੇਰੇ ਲੈ ਕੇ ਆਵਾਂਗੇ। ਨਹੀਂ ਮੈਂ, ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਆਪਦੀ ਕੋਠੀ 'ਚ ਨਹੀਂ ਵਾੜਨਾ ਜੇ ਆਇਆ ਮੈਂ। ਸਰ ਮੈਂ ਜੀ ਤੇ ਧੱਕੇ ਧੱਕੇ ਨਾਲ ਵੜਦੇ ਕੋਠੀ ਜੀ। ਸਰ ਤੁਹਾਡੀ ਕੋਠੀ ਕਿੱਥੋਂ ਆਈ? ਕੋਠੀ ਤਾਂ ਸਾਡੀ ਹੈ ਸਰ। ਨਹੀਂ ਨਹੀਂ ਤੁਹਾਡੀ ਕੋਠੀ ਹੈ, ਤੁਸੀਂ ਮਾਲਕ ਆ ਪ੍ਰੇਮ, ਤੁਹਾਨੂੰ ਇੱਜ਼ਤ ਦਿੰਦੇ ਆ, ਪਰ ਇਹ ਥੋੜੀ ਕੋਈ ਮੇਰੀ ਇੱਜ਼ਤ ਨੂੰ। ਨਹੀਂ ਸਰ ਮੈਂ ਕਸਮ ਚੱਕਦਾ ਜੀ, ਬਹੁਤ ਬੇਇੱਜ਼ਤੀ ਕੀਤੀ ਹੈ ਜੀ ਉਹਦੀ ਜੀ ਸਰ, ਬਹੁਤ ਬੇਇੱਜ਼ਤੀ ਕੀਤੀ ਹੈ। ਨਹੀਂ ਸਰ, ਨਹੀਂ ਪੁਲਿਸ ਸਰ, ਪੁਲਿਸ ਸਰ, ਸਾਡੀ ਬੇਇੱਜ਼ਤੀ ਹੋ ਜਾਣੀ ਸਰ, ਹੋਰ ਕੀ ਗੱਲ ਹੈ ਜੀ। ਮੱਲੇ ਚ ਨਾ ਸਾਡੀ ਬੇਇੱਜ਼ਤੀ ਹੁੰਦੀ ਹੈ ਸਰ। ਮੈਂ ਸਵੇਰੇ ਤੁਹਾਨੂੰ ਸਵੇਰੇ ਤੁਹਾਡੇ ਪੈਰ, ਹਾਂ ਸਵੇਰੇ ਤੁਹਾਡੇ ਪੈਰ ਫੜੂਗਾ ਜੀ। ਮੈਂ ਤੁਹਾਡੇ ਕੋਲੇ ਸਵੇਰੇ ਸੁਬਹ ਲੈ ਕੇ ਆਉਂਦਾ ਹਾਂ। ਇਹ ਐਣਕਾਂ ਮੁੜ ਕੇ ਲਾ ਕੇ ਮੈਂ ਦਿਖਾਈ ਤਾਂ ਮੇਰਾ ਫੜਾ ਵੀ ਚਕਾਉਂਗਾ ਜਿਹੜਾ ਇਹਨੇ ਫੜਾ ਲਾਇਆ। ਸਰ ਗਰੀਬ ਬੰਦਾ ਤਾਂ ਹੈਰਾਨ ਜਿਆਦਾ ਇਹਨੇ ਤਾਂ ਜਾਨ ਉਹਦੇ ਛੱਤਰ ਮਾਰਾਂਗੇ ਅਸੀਂ ਪੰਚਾਇਤ ਦੇ ਵਿੱਚ ਵੀ। ਤੁਹਾਡੇ ਕੋਲੇ ਸੁਬਹ ਕਿੰਨੇ ਵਜੇ ਲੈ ਕੇ ਆਈ ਸਰ ਤੁਸੀਂ ਦੱਸੋ ਸਰ। ਉਹਨੇ ਗੱਲ ਲਿਆਉਣ ਦੀ ਕੀਤੀ ਕੀਤੀ ਅੱਜ, ਮੈਨੂੰ ਬੜਾ ਗੁੱਸਾ ਚੜਿਆ ਸਰ ਜੀ। ਅਸੀਂ ਅਸੀਂ ਸਾਡੀ ਚੈਨ ਤੇ ਨਾ ਸਹੀ ਢੰਗ ਨਾਲ ਨਹੀਂ ਕਰਦੇ ਸੀ ਜੀ। ਮੈਂ ਕਦੇ ਨਹੀਂ ਆਇਆ, ਮੈਂ ਤੇਰੇ ਕਹਿਣ ਤੇ ਤੇ ਜੂਲੀ ਦੇ ਕਹਿਣ ਤੇ ਆਇਆ। ਮੈਂ ਕਿਹਾ ਯਾਰ ਵੀ ਇਹਨਾਂ ਨੇ ਮੈਨੂੰ ਸੱਦਿਆ, ਉਹ ਕਹਿੰਦੇ ਪੈਸੇ ਨਹੀਂ ਚਾਹੀਦੇ, ਤੂੰ ਆਈ ਐਤਕੀ ਤਾਂ ਹੀ। ਹਾਂਜੀ 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 ਹਾਂਜੀ, ਮੈਨੂੰ ਤੁਹਾਨੂੰ ਕਿਹਾ ਵੀ ਪੈਸੇ ਨਹੀਂ ਚਾਹੀਦੇ, ਤੂੰ ਆਉਣਾ ਪੈਸੇ ਨਾਲ। ਬਿਲਕੁਲ ਜੀ ਬਿਲਕੁਲ, ਮੈਂ ਕਿਹਾ ਸੀ ਜੀ ਮੈਨੂੰ ਪੈਸੇ ਨਹੀਂ ਚਾਹੀਦੇ ਸਰ, ਮੈਂ ਤੁਹਾਨੂੰ ਲੈ ਕੇ ਆਇਆ ਸਰ। ਇਸ ਇੱਜ਼ਤ ਮਾਣ ਕਰਕੇ ਮੈਂ ਆਇਆ। ਮੈਂ ਕਿਹਾ ਯਾਰ ਵਿਚਾਰੇ ਨੇ ਪੈਸੇ ਦੀ ਕੋਈ ਡਿਮਾਂਡ ਨਹੀਂ ਕੀਤੀ, ਉਹਨਾਂ ਨੇ ਮੈਨੂੰ ਸੱਦਿਆ। ਮੈਂ ਕਿਹਾ ਕੋਈ ਗੱਲ ਨਹੀਂ, ਚਲੋ ਅਸੀਂ ਝਾਕੀ, ਸਾਡੇ ਕਿਹੜਾ ਗੁਰੂ ਦਾ ਦਿਹਾੜਾ ਨਹੀਂ ਅਸੀਂ। ਬਿਲਕੁਲ ਬਿਲਕੁਲ ਜੀ ਬਿਲਕੁਲ, ਆਪ ਜੀ ਤਾਂ ਸੂਝ ਬੂਝ ਬੰਦੇ ਹੋ ਸਰ। ਮਾਣ ਨਾਲ ਸੱਦਿਆ, ਜੇ ਤੁਸੀਂ ਮੈਨੂੰ ਪਹਿਲੇ ਦਿਨ ਆ ਕੇ ਕਹਿੰਦੇ ਵੀ ਸਾਨੂੰ ਤਾਂ ਪੈਸੇ ਚਾਹੀਦੇ, ਮੈਂ ਨਹੀਂ ਆਉਣਾ ਸਰ। ਅੱਜ ਸਰ ਸਾਡੀ ਬੇਇੱਜ਼ਤੀ ਹੋਈ ਹੈ ਜੀ, ਅੱਜ ਸਾਡੀ ਬੇਇੱਜ਼ਤੀ ਹੋਈ ਤੁਹਾਡੀ ਨਹੀਂ ਸਰ, ਸਾਡੀ ਬੇਇੱਜ਼ਤੀ ਹੋਈ ਹੈ, ਅਸੀਂ ਬਹੁਤ ਬੇਇੱਜ਼ਤੀ। ਮੈਨੂੰ ਕਹਿੰਦਾ ਤੂੰ ਬੋਲਦਾ ਕਿਵੇਂ, ਹਾਲਾਂਕਿ ਮੈਨੂੰ ਐਵੇਂ ਸਵਾਲ ਕਰੀ ਜਾਂਦਾ ਜਦੋਂ ਤੂੰ ਮੇਰੀ ਪਾਰਟੀ ਦਾ ਨਹੀਂ, ਤੂੰ ਮੈਨੂੰ ਕਹਿ ਸਤਿ ਸ਼੍ਰੀ ਅਕਾਲ ਬਾਈ ਜੀ। ਸਰ ਅਸੀਂ ਮੰਦਰ ਪਾਰਟੀ ਔਰ ਮੇਰੀ ਪਾਰਟੀ ਔਰ ਤੂੰ ਆਪਦਾ ਸਤਿ ਸ਼੍ਰੀ ਅਕਾਲ ਬੁਲਾ, ਤੂੰ ਲੈਣਾ ਕੀ ਮੈਨੂੰ ਛੇੜ ਕੇ? ਹਾਂ ਨਹੀਂ ਸਰ, ਅਸੀਂ ਮੰਦਰ 'ਚ ਬੁਲਾ ਕੇ ਬੇਇੱਜ਼ਤੀ ਬਹੁਤ ਕੀਤੀ ਹੈ ਜੀ। ਤੂੰ ਪੁੱਛ ਸਕਦਾ ਇਹ ਸਵਾਲ, ਜੂਲੀ ਪੁੱਛ ਸਕਦਾ, ਪੁੱਛੇ ਜੀ ਸਰ, ਅਸੀਂ ਪੁੱਛੇ ਜੀ। ਉਹ ਸਰ ਗਲਤੀ ਹੋ ਗਈ ਉਹਨੂੰ, ਸਾਡਾ ਤੁਹਾਡੇ ਤੇ ਪੂਰਾ ਹੱਕ ਹੈਗਾ ਜੀ, ਅਸੀਂ ਪੁੱਛ ਸਕਦੇ ਹਾਂ। ਮੈਂ ਉਹਨੀ ਗੱਲ ਕਹੀ ਹੈ, ਮੈਂ ਸਾਡਾ ਵੜਿੰਗ ਸਿੰਘ ਸਾਹਿਬ ਰੋਹ ਪੂਰਾ ਹੈ। ਇਹਨੇ ਮੈਨੂੰ ਵੋਟ ਨਹੀਂ ਪਾਈ,
ਜਿਹੜਾ ਅਕਾਲੀ ਦਲ ਦਾ ਐਮ ਸੀ ਉਹ ਮੈਨੂੰ ਇਹ ਸਵਾਲ ਕਿਵੇਂ ਪੁੱਛ ਸਕਦਾ? ਨਹੀਂ ਪੁੱਛ ਸਕਦਾ ਜੀ, ਕੋਈ ਨੀ, ਪੈਰ ਫੜ ਕੇ ਬੇਨਤੀ, ਤੁਹਾਡੇ ਕੋਲ ਸੁਭਾ ਜਾਵਾਂਗੇ, ਸਵੇਰੇ ਲੈ ਕੇ ਆਉਂਗਾ ਜੀ, ਸਵੇਰੇ ਪੱਕਾ ਲੈ ਕੇ ਆਉਂਗੇ ਤੁਹਾਡੇ ਕੋਲ ਜੀ, ਮੇਰੀ ਹੋਣਾ ਕਰਾ ਦੀ ਮੈਂ, ਨਹੀਂ ਸਰ ਤੁਹਾਡੇ ਕੋਲ ਲੈ ਕੇ ਆਵਾਂਗੇ ਸਰ, ਸਵੇਰੇ ਕਿੰਨੇ ਵਜੇ ਆਈਏ ਤੁਹਾਡੇ ਕੋਲੇ ਸਰ, ਕਿੰਨੇ ਵਜੇ ਆਈਏ ਸਰ ਤੁਹਾਡੇ ਕੋਲੇ? ਰੇਡ ਤੇ ਗਏ ਸਰ, ਕਹਿੰਦੇ ਵੀ ਉਹ ਫੋਨ ਆ ਜੂਗਾ ਤੇ ਬਿਲਡਿੰਗ ਸਾਹਿਬ ਮੈਂ ਕਰ ਦੂੰਗਾ ਜੀ, ਸਾਫ ਜੀ ਦੁਆਰੇ ਕਹਿੰਦੇ ਜੀ, ਇਹਦਾ ਹੁਣ ਇਹਦਾ ਦਿਮਾਗ ਖਰਾਬ ਹੋ ਗਿਆ, ਮੈਂ ਕਿਸੇ ਤੋਂ ਹੋਰ ਛੁੱਟਦਾ ਇਹਨੂੰ, ਕਿ ਲਾਲਾ ਜ਼ੋਰ ਜੇ ਛੁੱਟਦਾ ਤਾਂ ਨਹੀਂ ਸਰ, ਨਹੀਂ 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 ਆਪ ਜੇ ਬਗੈਰ ਤਾਂ ਕੁਛ ਨਹੀਂ ਹੋ ਸਕਦਾ ਜੀ, ਪਤਾ ਨਹੀਂ ਹਲ ਸਕਦਾ ਸ਼ਹਿਰ ਚ ਜੀ, ਤੇ ਉਹ ਜਿੱਦਾਂ ਕੀ ਔਕਾਤ ਨਹੀਂ ਯਾਰ, ਜੇ ਮੈਂ ਐਸਐਸ ਨੂੰ ਮੈਂ ਆਪਦੀ ਇੱਜ਼ਤ ਹੀ ਨਹੀਂ ਬਚਾ ਸਕਦਾ, ਮੈਂ ਪ੍ਰੇਮ ਕਾਲ ਨੂੰ ਤੇਰੇ ਤੇ ਕੋਈ ਹਮਲਾ ਕਰਦੇ ਮੈਂ ਤੈਨੂੰ ਕੀ ਬਚਾਊਂਗਾ? ਹਾਂ ਇਹ ਤਾਂ ਗੱਲ ਠੀਕ ਹੈ ਸਰ ਜੀ, ਠੀਕ ਹੈ ਜੀ, ਠੀਕ ਹੈ, ਨਹੀਂ ਠੀਕ ਹੈ ਸਰ ਜੀ, ਅੱਜ ਤੋਂ ਬਾਅਦ ਨਾ ਸਰ ਵੀ ਜਿਹੜਾ ਸਾਨੂੰ ਸਜ਼ਾ ਦੇਣੀ ਦੇ ਦਿਓ, ਲੇਕਿਨ ਇੱਕ ਵਾਰੀ ਇਹਨੂੰ ਮਾਫ਼ੀ ਦੇ, ਤੁਹਾਡੇ ਨਾਲ ਸਵੇਰੇ ਲਿਆ ਕੇ ਨਾ ਤੁਸੀਂ ਮੈਨੂੰ ਸਾਨੂੰ ਕਹਿਓ ਸਰ ਜੀ, ਤੁਸੀਂ ਇਹ ਹੈ ਕਿੱਥੇ ਹੁਣ ਸਰ ਜੀ? ਜੀ ਅੰਦਰ ਖੜਾ ਹੈ ਜੀ, ਅੰਦਰ ਹੈ ਜੇਲ੍ਹ ਚ ਜੀ, ਬਸ ਦੇਣਾ ਸੀ ਸੱਚੋ, ਹੈ ਨਾ ਪੰਗਾ ਵੀ ਨਾ ਲਿਓ, ਅੱਗੇ ਨਹੀਂ ਦਿੱਤੇ, ਨਹੀਂ ਸਰ ਹਾਂ ਤੁਹਾਡੀ ਬਹੁਤ ਬਹੁਤ ਧੰਨਵਾਦ ਸਰ ਜੀ, ਮਿਹਰਬਾਨੀ ਸਰ, ਤੁਹਾਡੇ ਕੋਲ ਸੁਬਹਾ ਪਹੁੰਚ ਗਿਆ ਸਰ ਸਰ, ਹਾਂਜੀ 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 ਹਾਂਜੀ, ਤੇ ਸਰ ਸੁਬਹਾ ਤੁਹਾਡੇ ਕੋਲ ਪਹੁੰਚ ਜਾਂਗੇ ਜੀ ਸਰ ਅਸੀਂ, ਹੈ ਮੇਰੀਆਂ ਨਕਲੀ ਆਡੀਓ ਵੀ ਬਹੁਤ ਚੱਲਦੀਆਂ, ਕਹਿ ਵੀ ਦੇਈਦਾ ਕਿਸੇ ਨੂੰ, ਕਈ ਵਾਰੀ ਕੋਈ ਬੰਦਾ ਪਰੇਸ਼ਾਨ ਕਰਦਾ ਹੈ ਤਾਂ ਉਹਨੂੰ ਕਹਿ ਦੇਈਦਾ ਵੀ ਬੰਦਾ ਬਣ, ਪਰ ਮੈਨੂੰ ਹਜੇ ਉਹ ਆਡੀਓ ਪਤਾ ਨਹੀਂ ਲੱਗਿਆ ਕਿਹੜੀ ਆਡੀਓ ਹੈ ਤੁਸੀਂ ਦੱਸ ਰਹੇ ਹੋ, ਕੋਈ ਠੰਡਾ ਤਾਂ ਹੋਈ ਜੀ, ਕਿਸੇ ਗੱਲ ਹੀ ਪੁੱਛਿਆ ਤੁਸੀਂ, ਵਿਕਾਸ ਨਹੀਂ ਕੀਤਾ ਤੁਸੀਂ, ਕਹਿੰਦੇ ਫਿਰ ਪਰਚਾ ਕਰਾ ਦਿਓ ਤੁਸੀਂ, ਗੱਲ ਮੈਂ ਇੱਦਾਂ ਨਹੀਂ ਕਦੇ ਕਹਿ ਸਕਦਾ, ਦੇਖੋ ਜੋ ਆਡੀਓ ਆਡੀਓ ਫਿਰ ਫੇਕ ਹੋਏ, ਨਹੀਂ ਨਹੀਂ ਉਹਨੂੰ ਸੁਣਿਆ ਜਾਵੇ, ਮੈਨੂੰ ਨਹੀਂ ਲੱਗਦਾ ਵੀ ਮੈਂ ਕਿਸੇ ਨੂੰ ਇਹ ਕਹੂੰਗਾ ਐਡਾ ਬੇਵਕੂਫ ਰਾਜਾ ਵੜਿੰਗ ਨਹੀਂ ਵੀ ਵਿਕਾਸ ਨਹੀਂ ਕੀਤਾ ਤਾਂ ਪਰਚਾ ਕਰ, ਹੋ ਸਕਦਾ ਕਿਸੇ ਨੇ ਕੋਈ ਗੁਨਾਹ ਕੀਤਾ ਹੋਵੇ, ਉਹਨੂੰ ਤਾਂ ਮੈਂ ਕਹਿ ਸਕਦਾ ਵੀ ਭਾਈ ਤੂੰ ਗੁਨਾਹ ਕੀਤਾ, ਮੈਂ ਤੇਰੇ ਪਰਚੇ, ਪਰ ਜੇ ਕੋਈ ਮੈਨੂੰ ਇਹ ਸਵਾਲ ਪੁੱਛੇ ਵੀ ਵਿਕਾਸ ਨਹੀਂ ਕੀਤਾ ਤਾਂ ਪਰਚਾ ਕਰਾ ਦੂੰਗਾ, ਉਹ ਰਾਜੇ ਵੜਿੰਗ ਦੀ ਵੀਡੀਓ ਨਹੀਂ ਆਡੀਓ ਨਹੀਂ ਹੋ ਸਕਦਾ, ਹਾਂ ਜੇ ਕੋਈ ਤੰਗ ਪਰੇਸ਼ਾਨ ਕਰਦਾ ਹੈ, ਕਿਸੇ ਨੇ ਕੁਛ ਕਿਸੇ ਨੂੰ ਤੰਗ ਕੀਤਾ ਹੈ ਜਾਂ ਬਦਤਮੀਜ਼ੀ ਕੀਤੀ ਹੈ, ਹੋ ਸਕਦਾ ਮੈਂ ਕਿਹਾ, ਬਟ ਮੈਂ ਇਹ ਨਹੀਂ ਗੱਲ ਕਦੇ ਕਹਿ ਸਕਦਾ ਵੀ ਵਿਕਾਸ ਨਹੀਂ ਕੀਤਾ ਤਾਂ ਪਰਚਾ ਕਰਾ। NC7 News, ਹਰ ਖਬਰ ਤੇ ਨਜ਼ਰ।